ਹਾਂਜੀ ਸਤਿ ਸ੍ਰੀ ਅਕਾਲ ਕਿਸਾਨ ਭਰਾਵੋ ਉਮੀਦ ਆ ਸਾਰੇ ਠੀਕ ਠਾਕ ਹੋਵੋਗੇ ਅੱਜ ਤੂੜੀ ਦੇ ਤਾਜ਼ੇ ਰੇਟ ਲੈ ਕੇ ਹਾਜ਼ਰ ਹੋਏ ਆ ਇਹ ਰੇਟਾਂ ਜਿਹਦੇ ਨੇ ਦੋ ਦਿਨ ਪਹਿਲਾਂ ਪਈ ਕੋਰੇ ਨੇ ਤਵਾਹੀ ਮਚਾ ਦਿੱਤੀ ਹੈ ਜਿਸ ਨਾਲ ਜਿੰਨਾ ਕਿਸਾਨ ਭਰਾਵਾਂ ਦੇ ਆਲੂ ਲਾਏ ਹੋਏ ਨੇ ਆਲੂਆਂ ਦਾ ਬਹੁਤ ਨੁਕਸਾਨ ਹੋਇਆ ਹੈ ਹਰੇ-ਚਾਰੇ ਦਾ ਵੀ ਬਹੁਤ ਨੁਕਸਾਨ ਹੋਇਆ ਹੈ ਕੋਰੇ ਨਾਲ ਬਰਸੀਨ ਦਾ ਵਿਕਾਸ ਰੁਕ ਗਿਆ ਹੈ ਪਰਾ ਸਾਰੇ ਹੀ ਰੁਕ ਚੁੱਕਿਆ ਜਿਸ ਨਾਲ ਤੂੜੀ ਦੇ ਰੇਟ ਹੋਰ ਵਧਣ ਦੇ ਚਾਂਸ ਨੇ ਸੋ ਜਿੰਨਾ ਕਿਸਾਨ ਭਰਾਵਾਂ ਨੇ ਤੂੜੀ ਸਾਂਭੀ ਹੋਈ ਹੈ ਉਹ ਹੋਰ ਸਾਂਭ ਲੈਣ ਕਿਉਂਕਿ ਤੂੜੀ ਦੇ ਰੇਟ ਹੋਰ ਜ਼ਿਆਦਾ ਵਧਣ ਦੇ ਚਾਂਸ ਨੇ ਤੇ ਆਜੋ ਜਾਣੀ ਆਪਾਂ ਤੂੜੀ ਦੇ ਤਾਜ਼ੇ ਰੇਟ ਸਭ ਤੋਂ ਪਹਿਲਾਂ ਆਪਾਂ ਗੱਲ ਕਰਾਂਗੇ ਮੰਡੀਆਂ ਦੀ ਜੀ ਉਸ ਤੋਂ ਬਾਅਦ ਲੋਕਲ ਰੇਟ ਕੋਸੇਰੀਆਂ ਦੇ ਆਪਣੇ ਕੋਲੇ ਨੇ ਉਹ ਆਪਾਂ ਤੁਹਾਨੂੰ ਲੋਕਲ ਰੇਟ ਦੱਸਾਂਗੇ ਸਭ ਤੋਂ ਪਹਿਲਾਂ ਆਪਾਂ ਗੱਲ ਕਰੀਏ ਸੰਗਰੂਰ ਦੀ ਜਿੱਥੇ ਸੰਗਰੂਰ 1050 ਰੁਪਏ ਨੂੰ ਤੂੜੀ ਵੇਖ ਚੁੱਕੀ ਹੈ ਭਵਾਨੀਗੜ੍ਹ 900 ਰੁਪਏ ਪ੍ਰਤੀ ਕੁਇੰਟਲ ਫਰੀਦਕੋਟ 800 ਤੋਂ ਲੈ ਕੇ 850 ਤੱਕ ਦੀ ਮਹਾਲੀ 1350 ਰੁਪਏ ਮੁਕਤਸਰ 800 ਰੁਪਏ ਹੁਸ਼ਿਆਰਪੁਰ हजार तो तो रुपए तो लेके ग्यारह सौ तक ही पटियाला 1100 सौ तो लेके बारह सौ तक जीरा 800 सौ रुपए बरनाला नौ सौ रुपए तो लेके हजार एक हज़ार पाँह तक भी तूड़ी बिक चुकी है जी रामपुरा अठ सौ तो लेके नौ सौ अमरीकोटला हज़ार रुपए प्रति क्वांटल मानसा अठ सौ तो लेके नौ सौ रुपए तक तूड़ी बिक चुकी जी है है। जगराऊ की गल करिए एक हज़ार पाँह तक तूड़ी बिक चुकी है मंडी डब्ब वाली हो नौ सौ रुपया प्रति कुंटल बठिंडे की गल करिए नौ सौ पुपये प्रति कुंटल जलंधर नौ सौ रुपए तो लैके नौ सौ पाँह रुपए प्रति कुंटल तूड़ी बिक चुकी है जी अंबाले की गल करिएरह सौ तो लैके बारह सौ तक प्रति कुंटल ਸਮਾਣਾ ਮੰਡੀ 700 ਤੋਂ ਲੈ ਕੇ 800 ਪ੍ਰਤੀ ਕੁਆਂਟਲ ਲੋਕਲ ਰੇਟ ਤੇ ਕੁਸ ਮਗਾ ਪਰਾਣਾ ਇਹ 800 ਤੋਂ ਲੈ ਕੇ 850 ਲੋਕਲ ਰੇਟ ਚੱਲ ਰਿਹਾ ਜੀ ਪਟਿਆਲੇ ਦਾ ਲੋਗ ਰੇਟ 900 ਤੋਂ ਲੈ ਕੇ 1050 ਤੱਕ ਲੋਕਲ ਰੇਟ ਚੱਲ ਰਿਹਾ ਜੀ ਭਗਤਾ ਭਾਈ 900 ਤੋਂ ਲੈ ਕੇ 930 ਰੁਪਏ ਤੱਕ ਲੋਕਲ ਰੇਟ ਹੈ ਜੀ ਤੋਂ ਇਹ ਸੀ ਉਹ ਸੇਰੀਆਂ ਦੇ ਰੇਟ ਜਿਹੜੇ ਤੁਹਾਡੇ ਨਾਲ ਸਾਂਝੇ ਕਰੇ। ਜੇ ਵੀਡੀਓ ਚੰਗੀ ਲੱਗੀ ਤਾਂ ਵੀਡੀਓ ਨੂੰ ਸ਼ੇਅਰ ਕਰ ਦਿਆ ਕਰੋ ਵੀਰੋ। ਤੇ ਆਪਾਂ ਇਦਾਂ ਦੀ ਵੀਡੀਓ ਤੁਹਾਡੇ ਤੱਕ ਲੈ ਕੇ ਆਉਂਦੇ ਰਹਾਂਗੇ। ਜਿੰਨਾ ਵੀਰਾਂ ਨੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤੇ ਸਬਸਕ੍ਰਾਈਬ ਕਰ ਲਓ ਤੇ ਬੈਲ ਆਈਕਨ ਜ਼ਰੂਰ ਪ੍ਰੈਸ ਕਰ ਲਓ। ਆਪਣੀ ਆਉਣ ਵਾਲੀ ਵੀਡੀਓ ਦੀ ਨੋਟੀਫਿਕੇਸ਼ਨ ਤੁਹਾਡੇ ਤੱਕ ਸਭ ਤੋਂ ਪਹਿਲਾਂ ਪਹੁੰਚ ਸਕੇ। ਮਿਲਦੇ ਹਾਂ ਜੀ ਅਗਲੀ ਵੀਡੀਓ 'ਚ ਤਦ ਤੱਕ ਲਈ ਧੰਨਵਾਦ। ਸਤਿ ਸ੍ਰੀ ਅਕਾਲ ਜਿਉਂਦੇ ਵਸਦੇ ਰਹੋ।